बठिंडा पुलिस ने बड़ी कामयाबी हासिल करते हुए एक बड़े नशा तस्कर सुनील कुमार उर्फ सोनू नाम के व्यक्ति को नाकाबंदी कर गिरफ्तार किया, जिसके पास से पुलिस ने पूछताछ के दौरान 10,67,800 नशीली गोलियां बरामद की। पुलिस के मुताबिक इस नशा तस्कर पर पहले भी कई NDPC एक्ट के तहत मामले दर्ज है। साड़ी मुहिम चल रही है, एदे विच सानू एक वड्डी सफलता कल मिली है। साड़ी कोल इनफॉर्मेशन सीगी कि एक सुनील कुमार और सोनू मौड़ दा रहण वाला, ए काफी दिनों तो साड़ी सर्वेलेंस से सीगा कि जिहड़ा हैगा नशे दा कारोबार करदा है। ते कल साड़े कोल एक पुख्ता इनफॉर्मेशन आई सीगी कि मौड़ च एक ट्रांसपोर्ट विच कंसाइनमेंट रखता हैगा, ते उत्थों इहदी कंसाइनमेंट लै करके किते डिस्ट्रीब्यूट करन लई जाऊगा। ते साडे वल्लों एक नाका लगाया गया सीगा, उस नाके दे दौरान जदों इह अपनी गड्डी ते आया, उस गड्डी नूं रोक करके चेकिंग कीती गई, उहदे विच इहदे कब्जे चों 1,56,000 दे नेड़े जिहड़ी हैगी नशीली गोलियां बरामद होईआं। उहदे बाद जदों इहदी इंट्रोगेशन होई, इहने दस्सिआ कि इहने होर भी जिहड़ा कंसाइनमेंट हैगा उह उसी ट्रांसपोर्ट च रख्या होया, ते उहदे विच रेड करके बाकी भी जिहड़ी कंसाइनमेंट सीगे उहनूं बरामद कीता गया। ते तकरीबन 10,67,000 दे नेड़े 68,000 दे नेड़े ਇਹ ਗੋਲੀਆਂ ਨਸ਼ੀਲੀ ਬਰਾਮਦ ਹੋਈਆਂ ਹੈਗੀਆਂ। ਇਹ ਕਾਫੀ ਵੱਡੀ ਕਾਮਯਾਬੀ ਹੈ, ਕਾਫੀ ਵੱਡਾ ਨੈਟਵਰਕ ਸਾਡੇ ਵੱਲੋਂ ਜਿਹੜਾ ਹੈਗਾ, ਉਮੀਦ ਹੈ ਸਾਨੂੰ ਕਿ ਬਸਟ ਹੋਊਗਾ। ਇਹਦੇ ਵਿੱਚ ਜਿੱਥੋਂ ਇਹ ਲੈ ਕੇ ਆਉਂਦਾ ਤੇ ਜਿਹੜੇ ਅੱਗੇ ਲੋਕਾਂ ਨੂੰ ਡਿਸਟ੍ਰੀਬਿਊਟ ਕਰਦਾ ਹੈਗਾ, ਉਹ ਵੀ ਸਾਡੇ ਵੱਲੋਂ ਇਨਵੈਸਟੀਗੇਟ ਕੀਤੇ ਜਾ ਰਹੇ ਨੇ, ਤੇ ਸਾਨੂੰ ਉਮੀਦ ਹੈਗੀ ਕਿ ਆਪਾਂ ਇੱਕ ਵੱਡਾ ਨੈਟਵਰਕ ਜਿਹੜਾ ਨਸ਼ੇ ਦਾ ਕਾਰੋਬਾਰ ਕਰਦਾ ਹੈਗਾ ਉਹਨੂੰ ਧਵਸਤ ਕਰਨ ਵਿੱਚ ਕਾਮਯਾਬ ਹੋਵਾਂਗੇ। ਇਹਦੇ ਖਿਲਾਫ 6 ਪਰਚੇ ਦਰਜ ਨੇ NDPS ਦੇ। ਇਹ ਵੈਸੇ ਇਹਦੇ ਕੋਲ ਨਰਾਇਣ ਦਾਸ ਨਾਮ ਦਾ ਇੱਕ ਵਿਅਕਤੀ ਹੈਗਾ ਜਿਹਦੇ ਖਿਲਾਫ ਵੀ ਪਰਚਾ ਦਰਜ ਹੋਇਆ ਸੀਗਾ, ਉਹਦਾ ਇੱਕ ਲਾਇਸੈਂਸ ਹੈਗਾ, ਤੇ ਉਸੀ ਲਾਇਸੈਂਸ ਜੋ ਕਿ ਕੈਂਸਲ ਵੀ ਹੋ ਚੁੱਕਿਆ, ਉਸੀ ਫੇਕ ਲਾਇਸੈਂਸ ਜਾਂ ਕੈਂਸਲਡ ਲਾਇਸੈਂਸ ਦੇ ਆਧਾਰ ਤੇ ਇਹ ਸਾਰੀ ਆਪਣੀ ਜਿਹੜੀ ਹੈਗੀ ਇਹ ਕੰਸਾਈਨਮੈਂਟ ਮੰਗਵਾਉਂਦਾ ਸੀਗਾ। ਪਰ ਆਪਾਂ ਇਸ ਦੀ ਪੜਤਾਲ ਕਰਾਂਗੇ ਕਿ ਕਿਹੜੇ ਹਾਲਾਤ ਹੇਠ ਇਹਦੇ ਜਿਹੜਾ ਹੈਗਾ ਇਹਨੂੰ ਕੰਸਾਈਨਮੈਂਟ ਆਉਂਦਾ ਸੀਗਾ, ਤੇ ਇਸ ਪੜਤਾਲ ਵਿੱਚ ਜਿਹੜੇ ਵੀ ਦੋਸ਼ੀ ਨੇ ਉਹ ਬਖਸ਼ੇ ਨਹੀਂ ਜਾਣਗੇ। ਹੁਣ ਸਾਡਾ ਆਪਣਾ ਮੋਡਸ ਆਪਰੈਂਡੀ ਹੈਗੇ ਨੂੰ ਕਿਸ ਤਰੀਕੇ ਨਾਲ ਆਪਾਂ ਆਪਰੇਸ਼ਨ ਨੂੰ ਕਿੱਦਾਂ ਐਗਜ਼ੀਕਿਊਟ ਕਰਨਾ ਹੈ, ਇਨਫੋਰਮੇਸ਼ਨ ਕਿਹੜੇ ਪੱਧਰ ਤੇ ਆਈ ਸੀ, ਕਿਹਨੂੰ ਸੀਗੀ, ਉਹ ਸਾਡੀ ਆਪਣੀ ਇੰਟਰਨਲ ਐਡਜਸਟਮੈਂਟ ਹੈਗੀ, ਇਸ ਕਰਕੇ ਮੈਂ ਇਹਦੇ ਬਾਰੇ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ। ਇਹਦੇ ਵਿੱਚ ਇੱਕ ਬੰਦਾ ਫੜਿਆ ਗਿਆ ਜਿਹੜਾ ਸੋਨੂੰ ਨੰਬਰ ਫੜਿਆ ਹੈਗਾ। ਇਸ ਸੰਬੰਧ ਵਿੱਚ ਜਿਹੜੇ ਵੀ ਫੈਸਿਲੀਟੇਟਰ ਹੋਣਗੇ, ਜਿਹੜੇ ਬੰਦੇ ਜਿੱਥੋਂ ਆ ਰਿਹਾ ਹੋਊਗਾ ਤੇ ਜੇ ਡਿਸਟ੍ਰੀਬਿਊਟ ਕਰ ਰਿਹਾ ਹੋਊਗਾ, ਉਹ ਫਰਦਰ ਇਨਵੈਸਟੀਗੇਸ਼ਨ ਵਿੱਚ ਜਿਹੜੇ ਆਉਣਗੇ ਉਹਨਾਂ ਦੇ ਖਿਲਾਫ ਕਾਰਵਾਈ। ਇਹ 32 ਸਾਲ ਦਾ ਹੈਗਾ ਤੇ ਕੁਆਲੀਫਿਕੇਸ਼ਨ ਤੇ ਮੈਨੂੰ ਲੱਗਦਾ ਇਹਦੀ ਡਰੱਗ ਸਮਗਲਰ ਦੀ ਹੈਗੀ, ਉਹ ਇਨਵੈਸਟੀਗੇਸ਼ਨ ਕਿਤੇ ਹੈਂਪਰ ਹੋ ਸਕਦਾ, ਇਸ ਕਰਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਜਗ੍ਹਾ ਲਾਊਗੀ ਉਹ ਤੁਹਾਡੇ ਨਾਲ ਸਾਂਝੀ ਕਰ। ਪ੍ਰਾਈਵੇਟ ਟਰਾਂਸਪੋਰਟ ਹੈ, ਇਹਦੀ ਆਪਣੀ ਟਰਾਂਸਪੋਰਟ ਨਹੀਂ ਹੈਗੀ, ਜਿਹੜੀ ਟਰਾਂਸਪੋਰਟ ਤੋਂ ਇਹ ਮੰਗਾਉਂਦਾ ਹੈਗਾ ਉਹਨਾਂ ਦੇ ਵੀ ਰੋਲ ਦੇ ਵਿੱਚ ਐਗਜ਼ਾਮਿਨ ਕੀਤਾ ਜਾਏ, ਬਿਲਕੁਲ ਐਗਜ਼ਾਮਿਨ ਕੀਤਾ ਜਾਊਗਾ ਇਨਵੈਸਟੀਗੇਸ਼ਨ ਵਿੱਚ, ਜੇ ਅਗਰ ਉਹਨਾਂ ਦਾ ਕਿਸੇ ਦਾ ਵੀ ਰੋਲ ਹੈ, ਸਾਰੇ ਇਸ ਸਮੇਂ ਤੇ ਇਨਵੋਲਵ ਨੇ, ਜੇ ਅਗਰ ਕਿਸੇ ਦਾ ਵੀ ਰੋਲ ਆਊਗਾ ਤੇ ਬਖਸ਼ੇ ਨਹੀਂ ਜਾਣਗੇ। ਦੇਸ਼ ਵਿਦੇਸ਼ ਟੀਵੀ ਕੇ ਲਈ ਬਠਿੰਡਾ ਸੇ ਯਸ਼ਪਾਲ ਔਰ ਧਰਮਿੰਦਰ ਕੁਮਾਰ ਵਿੱਕੀ ਕੀ ਵਿਸ਼ੇਸ਼ ਰਿਪੋਰਟ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਦੇਸ਼ ਵਿਦੇਸ਼ TV ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕੀਤਾ ਜਾਵੇ।